ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਤਿਆਰ ਹਨ। ਦੇਖੋ, ਅਸੀਂ ਤਾਂ 5 ਸਾਲ ਹੀ ਇਲੈਕਸ਼ਨ ਬੋਰਡ 'ਚ ਹਾਂ, ਉਸੇ ਤਰੀਕੇ ਨਾਲ 5 ਸਾਲ ਕੀਤਾ, ਉਸੇ ਤਰੀਕੇ ਨਾਲ ਹੁਣ ਚੱਲਾਂਗੇ। ਇਲੈਕਸ਼ਨਾਂ ਹੈ ਜਿਹੜੀਆਂ ਸਾਡੇ ਲਈ ਤਾਂ ਰੋਜ਼ ਇਲੈਕਸ਼ਨ ਆ, ਕਿਉਂਕਿ ਕਦੇ 6 ਮਹੀਨੇ ਬਾਅਦ ਕਾਰਪੋਰੇਸ਼ਨ, ਕਦੇ ਸਰਪੰਚੀ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀ, MLA ਦੀ, ਹੁਣ MP ਦੀ, ਇਹ ਇਲੈਕਸ਼ਨਾਂ ਹੈ ਜਿਹੜੀਆਂ, ਜਿਹੜਾ ਕੋਈ 5 ਸਾਲ ਬਾਅਦ ਕਿਤੋਂ ਆਉਂਦਾ ਉਹਦੇ ਲਈ ਹੁੰਦੀਆਂ ਗੱਲਾਂ। ਅਸੀਂ ਤਾਂ 5 ਸਾਲ ਲੁਧਿਆਣੇ 'ਚ ਇਸੇ ਸ਼ਹਿਰ 'ਚ ਰਹੇ ਹਾਂ, ਸ਼ਹਿਰ ਵਾਸੀਆਂ ਦੇ ਨਾਲ ਰਹੇ ਹਾਂ, ਸ਼ਹਿਰ ਦੇ ਮੁੱਦਿਆਂ ਦੇ ਨਾਲ ਜੁੜੇ ਰਹੇ ਹਾਂ। ਇਸ ਕਰਕੇ ਹੁਣ ਤਾਂ ਗੱਲ ਇਹ ਹੁੰਦੀ ਆ ਵੀ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਵੀ ਕੀ ਸਾਡਾ ਨੁਮਾਇੰਦਾ ਹੈ ਜਿਹੜਾ ਉਹ ਕਰਦਾ ਰਿਹਾ ਹੈ, ਕੀ ਉਹਦੀ ਕਾਰਗੁਜ਼ਾਰੀ ਰਹੀ ਆ, ਕਿੰਨਾ ਉਹਨੇ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਜਿਹੜੀ ਵੀ ਇਲੈਕਸ਼ਨ ਹੋਵੇ ਉੱਥੇ ਉਹਦੀ ਕੀ ਕਾਰਗੁਜ਼ਾਰੀ ਰਹੀ ਆ। ਅਤੇ ਇਹ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ ਅਤੇ ਉਹ ਲੋਕ ਜਿਹੜਾ ਫਤਵਾ ਦੇਣਗੇ। ਪਾਰਟੀ ਵਰਕਰਾਂ ਨਾਲ ਮੁਲਾਕਾਤ ਦੌਰਾਨ ਮੈਂਬਰ ਪਾਰਲੀਮੈਂਟ ਬਿੱਟੂ ਨੇ ਕਿਹਾ ਕਿ ਕੇਂਦਰ 'ਚ ਵਿਰੋਧੀ ਸਰਕਾਰ ਹੋਣ ਦੇ ਬਾਵਜੂਦ ਉਹਨਾਂ ਸ਼ਹਿਰ 'ਚ ਵਿਕਾਸ ਨੂੰ ਲੈ ਕੇ ਬਹੁਤ ਸਾਰੇ ਕੰਮ ਕੀਤੇ ਹਨ। ਦੇਖੋ, ਹੁਣ ਤਾਂ ਗੱਲ ਇਹ ਆ ਵੀ ਸਾਡੀ ਸਰਕਾਰ ਰਹੀ ਨਹੀਂ 5 ਸਾਲ, ਅਸੀਂ ਤਾਂ ਓਪੋਜੀਸ਼ਨ 'ਚ ਰਹੇ ਕਿਉਂਕਿ ਇਹ ਇਲੈਕਸ਼ਨ ਪਾਰਲੀਮੈਂਟ ਦੀ ਹੈ, ਪਾਰਲੀਮੈਂਟ ਦੀਆਂ ਚੋਣਾਂ ਦੀ ਹੈ। ਅਸੀਂ 5 ਸਾਲ ਪਾਰਲੀਮੈਂਟ ਦੇ ਵਿੱਚ ਵੀ ਲੋਕਾਂ ਦੇ ਮੁੱਦਿਆਂ ਦੇ ਲਈ ਜੂਝਦੇ ਰਹੇ, ਉੱਥੇ ਰੌਲਾ ਪਾਉਂਦੇ ਰਹੇ, ਉੱਥੇ ਕੁਐਸਚਨ ਲਾਉਂਦੇ ਰਹੇ, ਉੱਥੇ ਧਰਨੇ ਮੁਜ਼ਾਹਰੇ ਦਿੰਦੇ ਰਹੇ, ਪਰ ਜੋ ਜੋ ਵਾਅਦੇ ਸੀ ਮੋਦੀ ਸਾਹਿਬ ਦੇ, ਸਰਕਾਰ ਦੇ, NDA ਸਰਕਾਰ ਦੇ, ਉਹ ਕੋਈ ਵੀ ਵਾਅਦਾ ਨਹੀਂ ਪੂਰਾ ਹੋਇਆ। ਉਹ ਹੁਣ ਲੋਕਾਂ 'ਚ ਲੈ ਕੇ ਜਾਵਾਂਗੇ, ਨਾ ਤਾਂ ਕਿਸੇ ਨੂੰ 15 ਲੱਖ ਰੁਪਇਆ ਆਇਆ, ਨਾ 2 ਕਰੋੜ ਨੌਕਰੀਆਂ ਦੀ ਗੱਲ ਹੋਈ, ਉੱਤੋਂ ਨੋਟਬੰਦੀ GST ਨਾਲ ਮਿੱਧ ਕੇ ਰੱਖਤਾ ਲੋਕਾਂ ਦਾ, ਕਚੂੰਬਰ ਕੱਢਤਾ, ਨਾ ਸਵਾਮੀਨਾਥਨ ਕਮਿਸ਼ਨ, ਕਿਉਂਕਿ ਉਹਦੇ ਉੱਤੇ ਕਿਸਾਨਾਂ ਤੋਂ ਵੋਟਾਂ ਲਈਆਂ ਸੀ, ਉਹਦੇ ਵਿੱਚ ਕਿਸਾਨ ਨੂੰ ਬਿਲਕੁਲ ਖਤਮ ਕਰਕੇ ਰੱਖਤਾ। ਅਤੇ ਇਹ ਸਾਰੀਆਂ ਚੀਜ਼ਾਂ ਹੈ ਜਿਹੜੀ ਛੋਟੀ ਇੰਡਸਟਰੀ ਲੁਧਿਆਣੇ ਦੀ, ਉਹਦੀ MSME ਦੀ ਗੱਲ ਕੀਤੀ ਸੀ, ਉਹ GST ਅਤੇ ਨੋਟਬੰਦੀ ਨੇ ਮਾਰਤਾ। ਅਤੇ ਇਸ ਕਰਕੇ ਉਹ ਸਾਰੀਆਂ ਗੱਲਾਂ, ਉਹਦਾ ਵਿਰੋਧ, ਉਹਦਾ ਗੁੱਸਾ ਲੋਕ ਇਸ ਵਾਰ ਪਾਰਲੀਮੈਂਟ ਦੀਆਂ ਚੋਣਾਂ 'ਚ ਦਿਖਾਉਣਗੇ, ਅਤੇ ਸੱਤਾ ਪਰਿਵਰਤਨ ਆ ਜਿਹੜੀ ਉਹ ਦੇਸ਼ ਦੀ ਹੋਏਗੀ। ਟੋਲ ਪਲਾਜ਼ਾ 'ਤੇ ਲਗਾਏ ਗਏ ਧਰਨੇ 'ਤੇ ਅਕਾਲੀ ਦਲ ਵੱਲੋਂ ਲਗਾਏ ਗਏ ਆਰੋਪਾਂ ਬਾਰੇ ਉਹਨਾਂ ਪੁੱਛਿਆ ਕਿ ਬੀਤੇ 5 ਸਾਲਾਂ 'ਚ ਕੇਂਦਰ 'ਚ ਸਰਕਾਰ ਹੋਣ ਦੇ ਬਾਵਜੂਦ ਉਹਨਾਂ ਨੇ ਕੀ ਕੰਮ ਕੀਤਾ ਹੈ। ਆਪ ਕਿਉਂਕਿ 10 ਸਾਲ ਜੋ ਲੁੱਟ ਮਚਾਈ ਹੈ, ਜਿਸ ਤਰੀਕੇ ਨਾਲ ਉਹ ਪੈਸੇ ਲੈਂਦੇ ਰਹੇ ਆ, ਉਹ ਉਵੇਂ ਹੀ ਲੱਗਦਾ। ਅਤੇ ਅੱਜ ਵੀ ਜਿਹੜਾ ਇਹ ਟੋਲ ਹੈ ਤਾਂ ਸੈਂਟਰ ਸਰਕਾਰ ਦਾ ਹੈ, ਅਤੇ ਕੀ ਇਹਦਾ ਮਤਲਬ ਅੱਜ ਤੱਕ ਜਿਹੜਾ ਪਿਛਲੇ 5 ਸਾਲ ਤੁਹਾਨੂੰ ਪੈਸਾ ਜਾਂਦਾ ਸੀ, ਤੁਹਾਨੂੰ ਹਿੱਸਾ ਜਾਂਦਾ ਸੀ, ਤੁਸੀਂ ਇਸ ਕਰਕੇ ਕੰਮ ਨਹੀਂ ਕਰਾਇਆ 5 ਸਾਲ ਵੀ ਉਹ ਜਿਹੜੇ ਟੋਲ ਵਾਲੇ, ਸੋਮਾ ਕੰਪਨੀ ਵਾਲੇ ਜਾਂ ਨੈਸ਼ਨਲ ਹਾਈਵੇ ਵਾਲੇ, ਉਹਨਾਂ ਤੋਂ ਜਿਹੜਾ ਪੈਸਾ ਜਾ ਰਿਹਾ ਸੀ ਉਹ ਤੁਹਾਡੀਆਂ ਜੇਬਾਂ ਜਾ ਰਿਹਾ ਸੀ, ਇਹਦਾ ਮਤਲਬ ਇਹੀ ਹੋਇਆ ਨਾ। ਜਲੰਧਰ 'ਚ ਸੁਖਪਾਲ ਸਿੰਘ ਖਹਿਰਾ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਲਗਾਏ ਗਏ ਆਰੋਪਾਂ ਬਾਰੇ ਉਹਨਾਂ ਕਿਹਾ ਕਿ ਖਹਿਰਾ ਜਦ ਇੱਥੇ ਆਏ ਸਨ ਤਾਂ ਉਹਨਾਂ ਨੇ ਸਬੂਤ ਪੇਸ਼ ਕਰਨ ਨੂੰ ਕਿਹਾ ਸੀ, ਉਹ ਇਸ ਮੁੱਦੇ 'ਤੇ ਸਿਆਸਤ ਕਰ ਰਹੇ ਹਨ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਹਨ ਕਿ ਇਸ ਮਾਮਲੇ 'ਚ ਕੋਈ ਸੱਚਾਈ ਨਹੀਂ ਹੈ। ਆਏ ਸੀਗੇ ਖਹਿਰਾ ਸਾਹਿਬ, ਅਸੀਂ ਤਾਂ ਕਿਹਾ ਸੀ ਵੀ ਸਾਰੇ ਮੇਅਰ ਵੀ ਉਡੀਕ ਰਹੇ ਸੀ, ਸਾਰੇ ਕੌਂਸਲਰ ਉਡੀਕ ਰਹੇ ਸੀ ਵੀ ਦਸਤਾਵੇਜ਼ ਲਿਆਓ, ਦਸਤਾਵੇਜ਼ ਦਿਖਾਓ ਅਤੇ ਅਸੀਂ ਵੀ ਉਹਦਾ ਪ੍ਰੂਫ ਦਿੰਦੇ ਹਾਂ। ਇਹਦੇ ਉੱਤੇ ਔਨ ਦੀ ਫਲੋਰ ਆਫ ਹਾਊਸ ਕੈਪਟਨ ਅਮਰਿੰਦਰ ਸਿੰਘ ਜੀ ਨੇ ਹਾਊਸ ਦੇ ਵਿੱਚ ਸੇਮ ਗੱਲ ਇਹੀ, ਉੱਥੇ ਆਮ ਆਦਮੀ ਪਾਰਟੀ ਦੇ MLA ਜਿਹੜੇ ਉਹਨਾਂ ਦੇ ਜੋ ਗਰਾਊਂਡ ਤੋਂ MLA, ਉਹਨਾਂ ਨੇ ਗੱਲ ਇਹ ਚੱਕੀ ਸੀ ਅਤੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ ਸੀ ਵੀ ਇਹ ਟੋਟਲ ਇਹ ਜਿਹੜਾ ਇਹ ਇੱਕ ਬਿਆਨਬਾਜ਼ੀ ਆ ਅਤੇ ਓਪੋਜੀਸ਼ਨ ਦਾ ਜਿਹੜਾ ਇਹ ਆਪਣਾ ਏਜੰਡਾ ਹੈ ਵੀ ਕਿਸ ਤਰੀਕੇ ਨਾਲ ਕੋਈ ਨਾ ਕੋਈ ਕਿਸ 'ਤੇ ਇਲਜ਼ਾਮ ਲਾਉਣਾ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।